ਅਗਸਤ 2021 ਵਿੱਚ ਇੱਕ ਸ਼ਖਸ ਵੱਲੋਂ ਲਾਹੌਰ ਕਿਲੇ 'ਚ ਲੱਗੇ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ ਕੀਤੀ ਗਈ। ਦੋ ਹਜ਼ਾਰ 19 'ਚ ਇਸ ਬੁੱਤ ਦੇ ਲੱਗਣ ਤੋਂ ਬਾਅਦ ਇਹ ਇਸ ਤਰ੍ਹਾਂ ਦਾ ਤੀਜਾ ਹਮਲਾ ਸੀ। ਇੱਥੇ NCA ਦੇ ਸਟੂਡੈਂਟ ਸਨ, ਮੇਰੇ ਬੱਚੇ ਵੀ ਸ਼ਾਮਿਲ ਸਨ ਅਤੇ ਵੀ ਮੇਡ ਦ ਸਟੈਚੂ। ਇਹਦੀ ਡਿਟੇਲਸ ਵਰਕ ਬੜੀ ਕਮਾਲ ਕੱਢੀ ਹੈ ਅਤੇ ਬੜੀ ਤਕਲੀਫ ਹੋਈ ਹੈ। ਅਸੀਂ ਇੱਕ ਵਾਰੀ ਤਾਂ ਰਿਪੇਅਰ ਕਰਤਾ, ਦੂਸਰੀ ਵਾਰੀ ਵੀ ਕਰਤਾ, ਤੀਸਰੀ ਵਾਰ। ਇਹ ਜਿਹੜਾ ਹੁਣ ਹੋਇਆ ਕਿ ਇਹ ਰਿਪੇਅਰੇਬਲ ਹੈ, ਅਸੀਂ ਇਹਦਾ ਪੂਰਾ ਉਤਲਾ ਟੋਰਸੋ ਅਤੇ ਸਟਰਕਚਰ ਸਾਰਾ ਨਵਾਂ ਬਣਾਵਾਂਗੇ, ਕੋੜਾ ਬਚ ਗਿਆ ਅਤੇ ਵੀਲ ਡੂ ਇਟ ਅਗੇਨ। ਅਤੇ ਕਿਸੇ ਦੇ ਰੁਕਣ ਨਾਲ ਤਾਂ ਅਸੀਂ ਰੁਕਣ ਵਾਲੇ ਨਹੀਂ, ਜਾਂ ਤਾਂ ਦਲੀਲ ਨਾਲ ਰੁਕਣਾ। ਫਕੀਰ ਸੈਫੂਦੀਨ ਫਕੀਰ ਅਜੀਜ਼ੂਦੀਨ ਦੇ ਵੰਸ਼ਜ ਹਨ, ਜੋ ਰਣਜੀਤ ਸਿੰਘ ਦੇ ਦਰਬਾਰ 'ਚ ਮੰਤਰੀ ਹੁੰਦੇ ਸਨ। ਸੈਫੂਦੀਨ ਕਈ ਕਲਾਕ੍ਰਿਤੀਆਂ ਵਾਲਾ ਇੱਕ ਅਜਾਇਬ ਘਰ ਚਲਾਉਂਦੇ ਨੇ, ਜੋ ਰਣਜੀਤ ਸਿੰਘ ਅਤੇ ਉਹਨਾਂ ਦੇ ਵਾਰਸਾਂ ਦੇ ਦੌਰ ਤੋਂ ਚੱਲਦਾ ਆ ਰਿਹਾ ਹੈ। ਰਣਜੀਤ ਸਿੰਘ ਨੇ ਕਿਸੇ ਮੁਸਲਮਾਨ ਹੁਕਮਰਾਨ ਕੋਲੋਂ ਹਕੂਮਤ ਨਹੀਂ ਖੋਹੀ। ਉਹਨੇ ਹਕੂਮਤ ਖੋਹੀ ਹੈ ਅਤੇ ਆਪਣੇ ਹੀ ਮਜ਼ਹਬ ਦੇ ਜਿਹੜੇ ਤਿੰਨ ਹੁਕਮਰਾਨ ਸਨ ਲਾਹੌਰ ਦੇ ਸਿੱਖ ਹੁਕਮਰਾਨ, ਉਹਨਾਂ ਕੋਲੋਂ ਉਹਨੇ ਹਕੂਮਤ ਖੋਹੀ। ਇਹਦੇ 'ਚ ਅਹਿਮ ਰੋਲ ਜਿਹੜੇ ਲੋਕਾਂ ਨੇ ਅਦਾ ਕੀਤਾ, ਉਹਨਾਂ ਵਿੱਚੋਂ ਦੋ ਛੱਡ ਕੇ ਬਾਕੀ ਸਾਰੇ ਮੁਸਲਿਮ ਨੇ। ਮੈਰ ਮੁਕਮੁਦੀਨ ਲਾਹੌਰ ਦਾ ਚੀਫ ਨਗਰਾਨ ਇਹਨਾਂ ਦਰਵਾਜ਼ਿਆਂ ਦਾ, ਸੋ ਉਹਨੇ ਰਣਜੀਤ ਵਾਸਤੇ ਦਰਵਾਜ਼ੇ ਖੋਲ੍ਹੇ। ਰਣਜੀਤ ਦੇ ਚਾਰ ਵੱਡੇ ਜਰਨੈਲ ਨੇ, ਉਹਨਾਂ ਚਾਰ ਜਰਨੈਲਾਂ ਵਿੱਚੋਂ ਇੱਕ ਜਰਨੈਲ ਮੁਸਲਿਮ ਹੈ, ਸੁਲਤਾਨ ਮਹਿਮੂਦ, ਜਿਹੜਾ ਉਹਦਾ ਤੋਪਖਾਨਾ ਹੈ ਉਹਦਾ ਇੰਚਾਰਜ ਗੌਸ ਮੁਹੰਮਦ ਖਾਨ ਹੈ। ਅਹਿਮ ਤਰੀਨ ਵਜ਼ਾਰਤ ਜਿਹੜੀ ਹੈ ਉਹਦੇ ਕੋਲ ਉਹ ਫਕੀਰ ਖਾਨਦਾਨ ਨੇ, ਫਕੀਰ ਅਜ਼ੀਜ਼ੂਦੀਨ ਨੇ। ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਮਸਜਿਦਾਂ ਨੂੰ, ਮਕਬਰਿਆਂ ਨੂੰ ਅਤੇ ਉਹਨਾਂ ਮਸਜਿਦਾਂ ਦੇ ਮੌਜ਼ਨਾਂ ਨੂੰ, ਉਹਨਾਂ ਦੇ ਖਿਦਮਤ ਗੁਜ਼ਾਰਾਂ ਨੂੰ, ਉਹਨਾਂ ਦੇ ਮਕਾਨਾਤ ਨੂੰ ਬਾਕਾਇਦਾ ਗ੍ਰਾਂਟਸ ਦਿੱਤੀਆਂ ਜਾਂਦੀਆਂ ਸਨ। ਉਹ ਰਿਕਾਰਡ ਸਾਡੇ ਕੋਲ ਮਹਿਫੂਜ਼ ਹੈ। ਬੁੱਤ ਦੀ ਕਈ ਵਾਰ ਧਾਰਮਿਕ ਕੱਟੜਪੰਥੀਆਂ ਵੱਲੋਂ ਭੰਨਤੋੜ ਕੀਤੀ ਗਈ, ਜਿਨ੍ਹਾਂ ਦਾ ਦਾਅਵਾ ਹੈ ਕਿ ਰਣਜੀਤ ਸਿੰਘ ਦੇ ਰਾਜ ਦੌਰਾਨ ਮੁਸਲਮਾਨਾਂ 'ਤੇ ਤਸ਼ੱਦਦ ਹੋਏ। ਹੁਣ ਮੁਸਲਮਾਨਾਂ ਦੇ ਦਿੱਲੀ 'ਚ ਨਫ਼ਰਤ ਪੈਦਾ ਕਰਨ ਵਾਸਤੇ ਸਭ ਤੋਂ ਈਜ਼ੀ ਤਰੀਕਾ ਸੀ, ਸਭ ਤੋਂ ਈਜ਼ੀ ਟਾਰਗੇਟ ਸੀ ਕਿ ਦੁਨੀਆ ਨੂੰ ਦੱਸਿਆ ਜਾਏ ਕਿ ਰਣਜੀਤ ਸਿੰਘ ਨੇ ਮਸਜਿਦਾਂ 'ਤੇ ਕਬਜ਼ੇ ਕੀਤੇ। ਰਹਿ ਗਈ ਗੱਲ ਇਹ ਕਿ ਰਣਜੀਤ ਦੇ ਜ਼ਮਾਨੇ ਦੇ ਵਿੱਚ ਸ਼ਾਹੀ ਮਸਜਿਦ ਨੂੰ ਜਿਹੜਾ ਸੀ ਅਸਤਬਲ ਬਣਾਇਆ ਗਿਆ। ਇਹ ਵੀ ਤਾਰੀਖ ਜਿਹੜੀ ਹੈ ਗਵਾਹ ਹੈ ਕਿ ਰਣਜੀਤ ਤੋਂ ਪਹਿਲੇ ਹੀ ਉਹਦੇ ਜਿਹੜੇ ਮਜ਼ਾਰ ਸਨ ਉਹ ਡਿੱਗ ਚੁੱਕੇ ਸਨ ਘਰੇਲੂ ਲੜਾਈਆਂ ਦੇ ਵਿੱਚ, ਜਿਹੜੀਆਂ ਕਿ ਲੜਾਈਆਂ 12 ਮਿਸਲਾਂ ਔਰ ਪਠਾਣਾਂ ਦੇ ਦਰਮਿਆਨ ਹੋਈਆਂ, ਔਰ ਉਸ ਜ਼ਮਾਨੇ ਦੇ ਵਿੱਚ ਸਾਰਾ ਕੁਛ ਹੋਇਆ ਹੈ, ਇਨਕਾਰ ਨਹੀਂ। ਲੇਕਿਨ ਬ੍ਰਿਟਿਸ਼ ਨੇ ਇੱਕ ਖਾਸ ਕੰਮ ਕੀਤਾ, ਸਭ ਤੋਂ ਜ਼ਿਆਦਾ ਬ੍ਰਿਟਿਸ਼ ਨੇ ਪ੍ਰੋਪਾਗੇਟ ਕੀਤਾ ਕਿ ਡਿਵਾਈਡ ਐਂਡ ਡਿਵਾਈਡ ਰੂਲ ਦੀ ਜਿਹੜੀ ਪਾਲਿਸੀ ਸੀ ਉਹਦੇ ਤਹਿਤ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਬਿਟਵੀਨ ਦਾ ਮੁਸਲਿਮ ਐਂਡ ਨੋਨ ਮੁਸਲਿਮ। ਹੁਣ ਜਿਸ ਵੇਲੇ ਹਿਸਟੋਰੀਅਨਸ ਲਿਖਦੇ ਨੇ ਕਿ ਜੀ ਸਿੱਖਾਂ ਨੇ ਇੱਥੇ ਉਹ ਕੀਤਾ, ਇਹ ਨਹੀਂ ਦੱਸਦੇ ਕਿ ਕਿਹੜੇ ਸਿੱਖਾਂ ਨੇ, ਉਹ ਸਾਰੀ ਬਦਨਾਮੀ ਰਣਜੀਤ ਸਿੰਘ ਦੇ ਸਿਰ 'ਤੇ ਲਾਉਂਦੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਐਸਾ ਕੰਮ ਨਹੀਂ ਹੋਇਆ। ਹੁਣ ਬੁੱਤ ਨੂੰ ਮੁਰੰਮਤ ਲਈ ਭੇਜਿਆ ਗਿਆ ਅਤੇ ਜਲਦੀ ਹੀ ਮੁੜ ਲਗਾਇਆ ਜਾਵੇਗਾ, ਪਰ ਇਹ ਦੇਖਣਾ ਬਾਕੀ ਹੈ ਕਿ ਕਿਤੇ ਇਸ ਦੀ ਮੁੜ ਭੰਨਤੋੜ ਨਾ ਹੋਵੇ। ਅਸੀਂ ਆਪਣੀ ਕੌਮ ਨੂੰ ਤਾਰੀਖੀ ਤੌਰ 'ਤੇ ਐਜੂਕੇਟ ਨਹੀਂ ਕਰ ਸਕੇ। ਜਿਹੜੇ ਸਾਡੇ ਹੀਰੋਜ਼ ਨੇ ਅਸੀਂ ਉਹਨਾਂ ਨੂੰ ਵਿਲਨਸ ਬਣਾ ਕੇ ਪੇਸ਼ ਕਰਨੇ ਹੈ, ਅਤੇ ਜਿਹੜੇ ਵਿਲਨਸ ਨੇ ਉਹਨਾਂ ਨੂੰ ਅਸੀਂ ਹੀਰੋ ਬਣਾ ਕੇ ਪੇਸ਼ ਕਰਨੇ ਹੈ। ਜਿਹੜਾ ਕਿ ਬ੍ਰਿਟਿਸ਼ ਨੂੰ, ਜਿਹੜਾ ਕਿ ਪੂਰੇ ਅੰਪਾਇਰ ਹੈ ਔਰ ਪੂਰੇ ਦੁਨੀਆ ਦੇ ਉੱਤੇ ਜਿੱਦਾਂ ਸੂਰਜ ਗਰੂਪ ਨਹੀਂ ਹੁੰਦਾ, ਉਹਦੇ ਸਾਹਮਣੇ ਡਟ ਕੇ ਖਲੋਤਾ ਰਿਹਾ ਆਪਣੀ ਪੂਰੀ ਜ਼ਿੰਦਗੀ, ਅਤੇ ਉਹਦੀ ਇੱਕ ਬਹਾਦਰੀ ਔਰ ਉਹਦਾ ਇੱਕ ਜਿਹੜਾ ਪੰਜਾਬ ਦਾ ਪੁੱਤਰ ਹੋਣ ਦਾ ਕਿ ਉਹ ਇਸ ਜ਼ਮੀਨ ਦਾ ਪੁੱਤਰ ਹੈ, ਸੋ ਉਹਨੂੰ ਉਹਦਾ ਬੁੱਤ ਬੁਲਾ ਕੇ ਲਾਉਣਾ ਜਾਂ ਉਹਦੇ ਬਾਰੇ ਇਸ ਤਰ੍ਹਾਂ ਦੀ ਵਡਿਆਈ ਕਰਨਾ, ਮੇਰੇ ਖਿਆਲ ਉਹਦਾ ਹੱਕ ਬਣਦਾ ਹੈ ਇਸ ਧਰਤੀ ਦੇ ਪੁੱਤਰ ਹੋਣ ਦੇ ਹਵਾਲੇ ਨਾਲ ਵੀ।